ਅੱਜ ਤਾਂ ਜੀ ਕੇਜਰੀਵਾਲ ਸਾਹਿਬ ਨੂੰ ਦੋ ਤਿੰਨ ਪੜਾਅ ਹੁੰਦੇ ਜੇਲ੍ਹ ਜਾਣ ਤੋਂ ਪਹਿਲਾਂ। ਪਹਿਲਾ ਪੜਾਅ ਹੁੰਦਾ ਕਿ ਜੇ ਕੋਈ ਕਿਸੇ ਨੇ ਕੋਈ ਸ਼ਬਦ ਕਿਸੇ ਦੇ ਖਿਲਾਫ ਬੋਲੇ ਗਏ ਆ ਕਿ ਉਹਦੇ ਖਿਲਾਫ ਕੇਸ ਬਣਦਾ ਕਿ ਨਹੀਂ ਬਣਦਾ। ਪਹਿਲੇ ਉਸ ਪੜਾਅ 'ਤੇ ਉਹਨਾਂ ਨੂੰ ਮੁਜਰਿਮ ਬਣਾਇਆ ਗਿਆ, AK AK ਬਣ ਗਿਆ, ਮਤਲਬ ਅਕਿਊਜ਼ਡ ਅਰਵਿੰਦ ਕੇਜਰੀਵਾਲ ਬਣ ਗਿਆ। ਦੂਜਾ ਪੜਾਅ ਹੁੰਦਾ ਕਿ ਮੇਰੀ ਗੱਲਾਂ 'ਚ ਦਮ ਹੈ ਤੇ ਫਿਰ ਕੋਰਟ ਮੇਰੀ ਗੱਲ ਨੂੰ ਸੁਣੂਗੀ, ਜੇ ਉਹਨਾਂ ਦੀ ਗੱਲਾਂ 'ਚ ਦਮ ਹੁੰਦਾ ਤੇ ਉਹਨਾਂ ਦੀ ਸੁਣਦੀ। ਪਿਛਲੀ ਵਾਰੀ ਬਹਿਸ ਹੋਈ, ਬਹਿਸ 'ਚ ਉਹਨਾਂ ਦੇ ਕੋਲ ਕੋਈ ਗੱਲ ਨਹੀਂ ਨਿਕਲੀ। ਅੱਜ ਮੇਰੀ ਗੱਲ ਨੂੰ ਮੰਨਦਿਆਂ ਉਹਨਾਂ ਦੇ ਖਿਲਾਫ਼ ਚਾਰਜਸ਼ੀਟ ਅੱਜ ਦਾਇਰ ਕਰਤੀ ਗਈ ਆ, ਮਨਜ਼ੂਰ ਹੋ ਗਈ ਹੈ। ਹੁਣ ਅਖੀਰਲਾ ਪੜਾਅ ਹੁੰਦਾ ਜਦੋਂ ਬੰਦੇ ਦਾ ਜੇਲ੍ਹ ਜਾਣ ਦੀ ਤਿਆਰੀ ਹੁੰਦੀ, ਅਤੇ ਦੋ ਪੜਾਅ ਟੱਪ ਕੇ ਤੀਜੇ ਪੜਾਅ 'ਤੇ ਪਹੁੰਚ ਗਏ ਹੈ। ਮੈਂ ਤਾਂ ਰੋਜ਼ ਕਹਿੰਦਾ ਡੇ ਟੂ ਡੇ ਸੁਣਵਾਈ ਕਰਵਾ ਦੇਣ, ਤੀਜਾ ਪੜਾਅ ਵੀ ਛੇਤੀ ਪਹੁੰਚਾ ਦਿਆਂਗੇ। ਇਹਨਾਂ ਦਾ ਕੰਮ ਛੇਤੀ, ਬੇਈਮਾਨਾਂ ਦਾ ਜਿਨ੍ਹਾਂ ਨੇ ਪੰਜਾਬ ਨਾਲ ਧੋਖਾ ਕਰਨ ਦੀ ਗੱਲ ਕੀਤੀ ਆ, ਆ ਘੁੱਗੀ ਛੁੱਗੀ ਅਰਗੇ, ਇਹ ਸਭ ਦਾ ਇੱਥੇ ਨਿਪਟਾਰਾ ਪੰਜਾਬ ਦੇ ਲੋਕ ਕਰਦੇ।